ਇੰਡੀਆ ਪੌਦਾ ਲਓ ਛੋਟੇ ਦੀ ਰੇਡ ਔਰ ਇੱਕ ਪਾਸੇ ਪ੍ਰਦੀਪ ਘਨੌਰੀ ਆ ਵੇਖਦੇ ਵੀ ਹੁਣ ਚਾਰ ਜਾਫੀਆਂ ਦੇ ਵਿੱਚੋਂ ਬਿਲਕੁਲ ਕਿਹੜਾ ਜਾਫੀ ਟਰਾਈ ਕਰਦਾ ਦੂਜੇ ਪਾਸੇ ਜੋਤਾ ਐਨ ਕਹਿੰਦੇ ਵੀ ਅੱਜ ਦੇ ਸਮੇਂ ਦਾ ਔਰ ਟੌਪ ਦੇ ਧਾਵੀਆਂ ਦੇ ਵਿੱਚ ਨਾਮ ਹੈ ਲਓ ਉਰਲੇ ਪਾਸੇ ਕਹਿੰਦੇ ਵੀ ਬਗਲ ਚਾੜਨ ਦੀ ਕੋਸ਼ਿਸ਼ ਹੈ ਗੋਰਾ ਹੈ ਗਿੱਦੜ ਮੰਡੀ ਦੀ ਧਰਤੀ ਦਾ ਬੱਲੇ 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 ਜੇ ਜੱਪਾ ਲਗਾ ਤੇ ਕਮਾਲ ਐਨ ਕਹਿੰਦੇ ਵੀ ਤਾੜੀਆਂ ਆਪ ਮਹਾਰੇ ਵੱਜ ਗਈਆਂ ਅੰਧਿਆਂ ਦੇ ਕੋਲ ਇਹ ਅੱਥਰੇ ਜ਼ੋਰ ਅੱਜ ਦੇ ਇਸ ਕਬੱਡੀ ਕੱਪ ਦੇ ਪੁੱਜੀਆਂ ਹੋਈਆਂ ਨੇ ਸਰਦਾਰ ਸੁਰਜੀਤ ਸਿੰਘ ਜੀ ਜੱਟਾ ਪ੍ਰਧਾਨ ਨਾਰਥ ਇੰਡੀਅਨ ਕਬੱਡੀ ਫੈਡਰੇਸ਼ਨ ਦੇਵਾ ਭੰਡਾਲ ਜੀ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਹੈ ਲੱਕੀ ਕੁਰਾਲੀ ਟੀਮ ਪੰਜਾਬੀ ਕਬੱਡੀ ਦਾ ਵੱਡਾ ਸਟਾਰ ਮੇਰੇ ਵੀਰ 365 ਜੀ ਹੁਣੀ ਕੈਮਰਾ 365 ਵਾਲਾ ਪਲੀਜ਼ ਆਇਓ ਇੱਧਰ ਇੱਕ ਵਾਰੀ ਮੇਰਾ ਵੀਰ ਕਿ ਯੋਧੇ ਰਣ ਵਿੱਚ ਜੂਝਦੇ ਬਹੁਤੇ ਤਲਵਾਰਾਂ ਉਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਉਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਔਰ ਸਾਹਮਣੇ ਕਬੱਡੀ ਯੋਧੇ ਦੀ ਖੁਰਾਕਾਂ ਕੰਮ ਆਉਣੀਆਂ ਹੈ।
ਸਾਰੀਆਂ ਖੁਰਾਕਾਂ ਕਮਾਉਣੀਆਂ ਹੈ, ਆਪਣੇ ਸਰੀਰ ਵਾਜੋਂ ਖਾਣੀਆਂ, ਕਿਸੇ ਨੇ ਨਾ ਲੱਗੀਆਂ ਨਵਾਉਣੀਆਂ ਹੈ। ਇੱਕ ਪਾਸੇ ਵੇਖਦਾ ਵੀ ਰਸੂਲ ਪੁਰੀਆ ਹੈ, ਔਰ ਟੱਕ ਲਿਆ ਮੁੰਡੇ ਨੇ, ਤੇ ਇਹ ਵੀ ਗੱਲਾਂ ਕਰੋ ਸੈਦੋ ਵਾਲਿਆ ਵੀ ਮੈਂ ਰਸੂਲ ਪੁਰੀਆ ਨੂੰ ਜੱਫਾ ਲਾਇਆ। ਹੈਲੋ ਗੁਰਦੇਵ ਸਿੰਘ ਜੀ ਵੜੈਂਚ, ਜਿਨ੍ਹਾਂ ਦਾ ਇਹ ਟੈਂਟ ਜਿਹੜਾ ਸਾਰਾ ਪ੍ਰਬੰਧ ਆ ਉਹਨਾਂ ਚੱਲ ਰਿਹਾ, ਗੁਰਦੇਵ ਵੜੈਂਚ ਰੌਕੀ ਕੌਫੀ ਵਾਲਾ, ਰੌਕੀ ਕੌਫੀ ਵਾਲਾ ਨਿਰਮਲ ਲੋਪੋ ਕੇ ਵਾਲਾ ਅੱਗੇ ਗੁਰਦੇਵ ਵੜੈਂਚ ਲਓ ਗੋੜਾ ਗਿੱਦੜ ਵਿੰਡੀ ਵਾਲਾ ਇਸ ਵੇਲੇ ਨੌਜਵਾਨ ਨਿਰਮਲ ਨੂੰ ਜੱਫਾ ਲਾ ਪਾਊ ਕਿ ਨਹੀਂ, ਤਾੜੀਆਂ ਮਾਰ ਦਿਓ ਜੀ ਜ਼ੋਰਦਾਰ। ਪਾਣੀ ਵਾਲਾ ਸ਼ਿਕੰਦਰ ਜਿਹਨੇ ਕਹਿੰਦੇ ਮੋਟਰਸਾਈਕਲ ਗੱਡੀਆਂ ਟਰੈਕਟਰ ਜਿੱਤੇ ਆ ਮੇਰੇ ਵੀਰੋ, ਆਹ ਸ਼ਿਕੰਦਰ ਮਾਰੀ ਵਾਲਾ ਹੈ, ਰਾਜਣ ਦੇ ਟੂਰਨਾਮੈਂਟ ਇਸ ਵੇਲੇ ਕਬੱਡੀ ਭਾ ਰਿਹਾ, ਹੁਣ ਕਿਉਂ ਦੇ ਵਿੱਚੋਂ ਕਿਹੜਾ ਖਿਡਾਰੀ ਗੋੜਾ ਗਿੱਦੜ ਵਿੰਡੀ ਵਾਲਾ ਜਰਮਨ ਸੰਘਾ ਬੱਲੇ ਬੱਲੇ ਕਰਵਾ ਦੇਗਾ ਅਕਾਲ ਸਰਬੋ ਕੇ ਵੀ ਟੀਮ ਲਈ, ਆਹ ਗਿੱਦੜ ਵਿੰਡੀ ਵਾਲਾ ਗੋੜਾ ਇਸ਼ਾਰਾ ਕੀਆ ਵੀ ਨੰਬਰ ਗੋਰੇ ਦਾ। ਤੇ ਪੰਜਾਬੀ ਵੀਰੋ ਇਸ ਸਮੇਂ ਰੇਡ ਪਾਉਣ ਦੇ ਲਈ ਵਾਧਾ ਹੋਇਆ, ਸਾਹਮਣੇ ਚਾਰ ਜਾਤੀਆਂ ਗਿੱਦੜ ਵਿੰਡੀ ਪਿੰਡ ਦੇ ਪ੍ਰੇਜ ਦੀ ਧਰਤੀ ਹੈ, ਐਨ ਦੇਖਾਂਗੇ ਵੀ ਬੱਲੇ ਬੱਲੇ ਹੋਈ ਪਈ ਹੈ, ਲੋਕ ਆਨੰਦ ਮਾਣ ਰਹੇ ਹੈ, ਦਰਸ਼ਕਾਂ ਦਾ ਭਾਰੀ ਇਕੱਠਾ ਹੈ, ਦੁਨੀਆ ਸਵਾਦ ਲੈ ਰਹੀ ਹੈ ਇਸ ਕੱਪ ਦਾ, ਪਰ ਦੇਖਾਂਗੇ ਵੀ ਮਨਾਣੇ ਵਾਲਾ ਦਲਵੀਰ ਟਰਾਈ ਕਰਦਾ ਹੋਇਆ, ਪਰ ਇੱਧਰ ਗਿੱਦੜ ਵਿੰਡੀ ਵਾਲੇ ਨੇ ਕੀਤੀ ਆ ਤਿਆਰੀ, ਉੱਧਰ ਦੇਖਾਂਗੇ ਪੁਆਇੰਟ 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 ਗਿੱਦੜ ਵਿੰਡੀ ਦੀ ਕਮਾਲ ਹੋ ਗਈ ਬਾਈ ਜੀ। ਸਾਡੇ ਸਰਪੰਚ ਗੁਰਦਾਰ ਸਿੰਘ ਜੀ ਵੱਲੋਂ ਜੇ ਤੱਤੂ ਜੱਫਾ ਲਾਵੇ 1000 ਦਿੱਤਾ ਜਾਣਾ।